ਮੈਂ ਇਹਨਾਂ ਦੇ ਇਹ ਸੈਕਸ਼ਨ ਦੀ ਰੇਲ ਗੱਡੀਆਂ ਮਾਲ ਜਿਹੜੀਆਂ ਗੱਡੀਆਂ ਬੰਦ ਕਰਨ ਦੀ ਪੂਰੀ ਵਿਰੋਧ ਕਰਦਾ ਔਰ ਇਹਨਾਂ ਨੂੰ ਬੇਨਤੀ ਵੀ ਕਰਦਾ ਹੱਥ ਜੋੜ ਕੇ ਕਿ ਪੰਜਾਬ ਸੂਬਾ ਬੜਾ ਸੈਂਸਿਟਿਵ ਸੂਬਾ ਹੈਗਾ ਇਹ ਬਾਰਡਰ ਸਟੇਟ ਹੈ ਇੱਥੋਂ ਦੀ ਇਕਨੋਮੀ ਐਗਰੀਕਲਚਰ ਦੇ ਉੱਤੇ ਡਿਪੈਂਡੈਂਟ ਹੈਗੀ ਆ ਇਹਨੂੰ ਪਰੇਸ਼ਾਨ ਨਾ ਕਰੋ ਤੁਸੀਂ ਹੁਣੇ ਦੇਖੋ ਜੀ ਆ ਮੱਕੀ ਹੁਣ ਵਿਕਰੀ ਸੀ ਨਾ ਮੱਕੀ ਦਾ 1800 ਆਣਾ ਐ ਐਮ ਐਸ ਪੀ 1800 ਸਮਥਿੰਗ ਆ 8900 ਸੇ 700 ਤੇ ਵਿਕੀ ਕਿ ਨਹੀਂ ਵਿਕੀ ਤੇ ਕਿੱਥੇ ਆ ਜੀ ਐਮ ਐਸ ਪੀ ਐਮ ਐਸ ਪੀ ਸਿਰਫ ਇਹਨਾਂ ਦੋਆਂ ਦੀ ਮਿਲਦੀ ਆ ਕਾਟਨ ਆ ਕਾਟਨ ਵਾਲੇ ਬਠਿੰਡੇ ਵਾਲੇ ਰੋ ਰੇ ਨਹੀਂ ਰੋ ਰੇ ਮਾਨਸਾ ਬਠਿੰਡਾ ਥਾਰਾ ਰੋ ਰਿਆ ਇਹ ਕਿਸੇ ਪ੍ਰਾਈਵੇਟ ਨੇ ਦੇਣੀ ਨਹੀਂ ਆ ਜਿੱਥੇ ਪ੍ਰਾਈਵੇਟ ਆ ਗਿਆ ਉਹਨੇ ਦੇਣੀ ਨਹੀਂ ਆ ਮੈਂ ਕੋਈ ਭਵਿੱਖਬਾਣੀ ਨਹੀਂ ਕਰਦਾ ਪਰ ਬਹੁਤ ਵੱਡੇ ਵੱਡੇ ਡਿਕਟੇਟਰਾਂ ਦੀ ਵੀ ਹਾਰ ਹੋਈਆਂ ਨੇ ਡੈਮੋਕ੍ਰੇਸੀਆਂ 'ਚ ਜਿਨ੍ਹਾਂ ਲੋਕਾਂ ਕੋਲ 400 ਤੋਂ ਉੱਤੇ ਸੀਟਾਂ ਵੀ ਉਹਨਾਂ ਦੀਆਂ ਵੀ ਬਹੁਤ ਬੁਰੀਆਂ ਹਾਰ ਹੋਈਆਂ ਨੇ ਇਹ ਮੈਂ ਮੋਦੀ ਜੀ ਨੂੰ ਔਰ ਬੀਜੇਪੀ ਨੂੰ ਬੇਨਤੀ ਹੋਈ ਕਰੂੰਗਾ ਹੱਥ ਜੋੜ ਕੇ ਕਿ ਇਹ ਕੰਮ ਨਾ ਕਰੋ ਇੰਨਾ ਇੱਕ ਤਰਫਾ ਕੰਮ ਨਹੀਂ ਕਰੀਦਾ ਇਹ ਡੈਮੋਕ੍ਰੇਸੀ ਆ ਅੱਜ ਜਨਤਾ ਨੇ ਤੁਹਾਨੂੰ ਵੋਟ ਪਾਈ ਆ ਕੱਲ ਨੂੰ ਇਹੀ ਜਨਤਾ ਨੇ ਲਾਉਣ ਲੱਗਿਆ ਤੁਹਾਨੂੰ ਇੱਕ ਸੈਕਿੰਡ ਵੀ ਥੜਾ ਨਹੀਂ ਆ ਰਾਜੀਵ ਗਾਂਧੀ ਦੀਆਂ 405 ਸੀਟਾਂ ਸੀ ਫਿਰ ਡੈਮੋਕ੍ਰੇਸੀ 'ਚ ਅਗਲੀ ਵਾਰ ਕਿੱਥੇ ਗਏ ਸੀ ਕੁਝ ਪਤਾ ਲੱਗਿਆ ਸੀ ਤੇ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਡੈਮੋਕ੍ਰੇਸੀ 'ਚ ਪਾਵਰ ਮਿਲਦੀ ਆ ਜਨਤਾ ਪਾਵਰ ਦਿੰਦੀ ਆ ਜਨਤਾ ਵਾਪਸ ਵੀ ਲੈਂਦੀ ਆ ਇਹਨਾਂ ਦਿਮਾਗ ਖਰਾਬ ਨਹੀਂ ਰੱਖੀਦਾ ਕਿ ਬੰਦੇ ਨੂੰ ਬੰਦਾ ਨਾ ਕੋ ਤੁਹਾਨੂੰ ਪਤਾ ਹੈ ਸੰਵਿਧਾਨ 'ਚ ਇੱਕ ਐਮੈਂਡਮੈਂਟ ਹੋਈ ਹੈ ਇੰਡੀਅਨ ਕਨਸਟੀਟਿਊਸ਼ਨ 'ਚ ਇੱਕ ਐਮੈਂਡਮੈਂਟ ਹੋਈ ਆ ਜੀਐਸਟੀ ਲਈ ਇਸ ਸੈਂਟਰ ਦੀ ਜ਼ਿੰਮੇਵਾਰੀ ਹੈਗੀ ਆ ਜੀਐਸਟੀ ਕੰਪਨਸੇਸ਼ਨ ਦਾ ਪਹਿਲੇ 5 ਸਾਲ 17 ਚ ਲਾਗੂ ਹੋਇਆ ਸੀ 1 ਜੁਲਾਈ 22 ਤੱਕ ਇਹ ਸੰਵਿਧਾਨ ਚ ਲਿਖਤਾ ਇਹ ਤਾਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਦੇਖੋ ਜੀ ਇਹ ਮੈਂ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਆ ਕਿਉਂਕਿ ਕੇਂਦਰ ਸਰਕਾਰ ਨੇ ਬੀਜਪੀ ਸਰਕਾਰ ਮੋਦੀ ਜੀ ਦੀ ਸਰਕਾਰ ਇਹਨਾਂ ਨੇ ਜਿਹੜਾ ਰੇਲਵੇ ਨੂੰ ਇੱਕ ਆਰਡਰ ਕੀਤਾ ਔਰ ਰੇਲਵੇ ਮਨਿਸਟਰ ਦਾ ਜਿਹੜਾ ਆਰਡਰ ਆਇਆ ਜਿਹੜਾ ਮੈਨੂੰ ਰੇਲਵੇ ਦੇ ਲੋਕਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਹ ਆਰਡਰ ਆ ਗਿਆ ਕਿ ਪੰਜਾਬ ਦੀਆਂ ਮਾਲ ਗੱਡੀਆਂ ਬੰਦ ਕਰ ਦਿਓ ਜਦੋਂ ਤੱਕ ਪੰਜਾਬ ਚ ਆਮ ਗੱਡੀਆਂ ਨੂੰ ਕਿਸਾਨ ਯੂਨੀਅਨ ਨਹੀਂ ਮੰਨਦੀਆਂ ਉਦੋਂ ਤੱਕ ਪੂਰੀਆਂ ਰੇਲ ਗੱਡੀਆਂ ਬੰਦ ਕਰ ਦੋ ਮੈਂ ਇਸ ਕਰਕੇ ਰੱਖਿਆ ਕਿ ਮੈਂ ਪਹਿਲਾਂ ਤਾਂ ਇਹਦਾ ਬਹੁਤ ਵਿਰੋਧ ਕਰਦਾ ਇਹ ਮੋਦੀ ਜੀ ਦੀ ਸਰਕਾਰ ਬੀਜੇਪੀ ਦੀ ਸਰਕਾਰ ਇਹ ਬਿਲਕੁਲ ਇੱਕ ਤਰਫਾ ਸਰਕਾਰ ਚੱਲਦੀ ਆ ਇਹ ਸੂਬਿਆਂ ਨੂੰ ਕੁਝ ਵੀ ਨਹੀਂ ਸਮਝਦੀ ਇਹਨਾਂ ਨੇ ਐਵੇਂ ਜਿਹੜੇ ਫਾਰਮ ਬਿੱਲ ਸੀ ਜਿਹੜੇ ਖੇਤੀ ਵਾਲੇ ਬਿੱਲ ਨੇ ਆਪਾਂ ਖੇਤੀ ਵਾਲੇ ਬਿੱਲ ਨੇ ਉਹ ਵੀ ਤਿੰਨੇ ਬਿੱਲ ਏਵੇਂ ਪਾਸ ਕੀਤੇ ਕੋਈ ਵੀ ਬੰਦਾ ਦੇਖ ਲੇ ਜਿਹੜੇ ਸੰਵਿਧਾਨ ਚ ਆਪਣੇ ਚ ਤਿੰਨ ਸੂਚੀਆਂ ਬਣੀਆਂ ਹੋਈਆਂ ਇਹ ਪਹਿਲੀ ਹੈਗੀ ਆ ਸੈਂਟਰਲ ਲਿਸਟ ਦੂਸਰੀ ਸਟੇਟ ਲਿਸਟ ਤੀਸਰੀ ਕਨਕਰੈਂਟ ਲਿਸਟ ਜਿਹਨੂੰ ਮਤਲਬ ਸਾਂਝੀ ਹੁੰਦੀ ਆ ਉਹਦੇ ਚ ਸੂਬਾ ਵੀ ਬਣਾਵੇ ਔਰ ਕੇਂਦਰ ਵੀ ਬਣਾਵੇ ਇਹਨਾਂ ਨੇ ਕਨਕਰੈਂਟ ਲਿਸਟ ਨੂੰ ਯੂਜ਼ ਕੀਤਾ ਕਿਉਂਕਿ ਐਗਰੀਕਲਚਰ ਜਿਹੜੀ ਪਹਿਲੀ ਦੂਸਰੀ ਲਿਸਟ ਆ ਉਹਦੇ ਚ 14ਵੀਂ ਐਂਟਰੀ ਐਗਰੀਕਲਚਰ ਦੀ ਆ ਉਹਨੂੰ ਅਵੋਇਡ ਕਰਨਾ ਚਾਹੁੰਦੇ ਸੀ ਕਨਕਰੈਂਟ ਲਿਸ ਧੋਵਾਂ ਦੀ ਆ ਉਹਨੂੰ ਯੂਜ਼ ਕਰਕੇ ਉਹ ਤਿੰਨੇ ਕਾਨੂੰਨ ਪਾਸ ਕਰਤੇ ਐਗਰੀਕਲਚਰ ਟਰੇਡ ਐਂਡ ਕਾਮਰਸ ਨੂੰ ਲੈ ਕੇ ਜਦ ਕਿ ਐਗਰੀਕਲਚਰ ਦਾ ਟਰੇਡ ਕਾਮਰਸ ਤਾਂ ਬਾਅਦ ਚ ਹੁੰਦਾ ਪਹਿਲਾਂ ਤਾਂ ਪ੍ਰੋਡਿਊਸ ਆ ਪਹਿਲਾਂ ਐਗਰੀਕਲਚਰ ਆ ਫਿਰ ਪ੍ਰੋਡਿਊਸ ਆ ਫਿਰ ਟਰੇਡ ਦੀ ਗੱਲ ਹੋਊਗੀ ਪਰ ਇਹ ਤਾਂ ਮਨਮਰਜ਼ੀ ਕਰਦੇ ਹੈਗੇ ਆ ਤੇ ਮੈਂ ਇਹਨਾਂ ਦੇ ਇਸ ਸੈਕਸ਼ਨ ਦੀ ਰੇਲ ਗੱਡੀਆਂ ਮਾਲਕ ਜਿਹੜੀਆਂ ਗੱਡੀਆਂ ਬੰਦ ਕਰਨ ਦੀ ਪੂਰੀ ਵਿਰੋਧ ਕਰਦਾ ਔਰ ਇਹਨਾਂ ਨੂੰ ਬੇਨਤੀ ਵੀ ਕਰਦਾ ਹੱਥ ਜੋੜ ਕੇ ਕਿ ਪੰਜਾਬ ਸੂਬਾ ਬੜਾ ਸੈਂਸਿਟਿਵ ਸੂਬਾ ਹੈਗਾ ਇਹ ਬਾਰਡਰ ਸਟੇਟ ਹੈ ਇੱਥੋਂ ਦੀ ਇਕਨੋਮੀ ਐਗਰੀਕਲਚਰ ਦੇ ਉੱਤੇ ਡਿਪੈਂਡੈਂਟ ਹੈਗੀ ਆ ਇਹਨੂੰ ਪਰੇਸ਼ਾਨ ਨਾ ਕਰੋ ਔਰ ਕਿਸਾਨ ਯੂਨੀਅਨਜ਼ ਨਾਲ ਤੁਹਾਨੂੰ ਆਪ ਨੂੰ ਗੱਲ ਕਰਨੀ ਚਾਹੀਦੀ ਸੀ ਜਿੱਦਣ ਉਹਨਾਂ ਨੂੰ ਟਾਈਮ ਦਿੱਤਾ ਉਦੋਂ 8 ਮਨਿਸਟਰ ਇੱਥੇ ਪਾਸ਼ਣ ਦੇਣ ਲਈ ਆਏ ਹੋਏ ਸੀ ਇੱਕ ਮਨਿਸਟਰ ਤੁਹਾਨੂੰ ਉੱਥੇ ਉਹਨਾਂ ਨਾਲ ਤਾਂ ਗੱਲ ਕਰਨ ਲਈ ਮਿਲਿਆ ਨਹੀਂ ਫੇਰ ਬੁਲਾ ਲਓ ਉਹਨਾਂ ਨੂੰ ਕਿਸਾਨ ਯੂਨੀਅਨ ਨੇ ਕਿਹੜਾ ਤੁਹਾਨੂੰ ਮਨਾਂ ਕਰਨਾ ਜਾਓ ਉਹਨਾਂ ਨੂੰ ਬੁਲਾ ਲਓ ਜਾਂ ਇੱਥੇ ਆਜੋ ਬੈਠ ਕੇ ਗੱਲ ਕਰੋ ਇਹਦਾ ਕੋਈ ਨਾ ਕੋਈ ਹੱਲ ਨਿਕਲ ਆਊਗਾ ਮੈਂ ਇਹੀ ਕਹਿਣਾ ਕਿ ਡੈਮੋਕ੍ਰੇਸੀ ਚ ਪ੍ਰਜਾਤੰਤਰ ਚ ਚਰਚਾ ਜਿਹੜੀ ਹੁੰਦੀ ਹੈ ਡਿਸਕਸ਼ਨ ਹੁੰਦੀ ਹੈ ਇੱਕ ਦੂਜੇ ਨਾਲ ਗੱਲ ਕਰੀਆ ਉਹਦੇ ਸੋਲੂਸ਼ਨ ਹੁੰਦਾ ਇੱਕ ਤਰਫਾ ਐਕਸ਼ਨ ਇਹ ਡਿਕਟੇਟੋਰੀਅਲ ਐਟੀਟਿਊਡ ਜਿਹੜਾ ਮੋਦੀ ਜੀ ਦਾ ਔਰ ਕੇਂਦਰ ਸਰਕਾਰ ਦਾ ਉਹਦਾ ਮੈਂ ਵਿਰੋਧ ਕਰਦਾ ਫਿਰ ਉਹਨਾਂ ਨੂੰ ਬੇਨਤੀ ਕਰਦਾ ਕਿ ਡੈਮੋਕ੍ਰੇਸੀ ਹੈ ਇੰਡੀਆ ਚ ਇੱਕ ਤਰਫਾ ਨਾ ਚਲੋ ਪੰਜਾਬ ਸਰਕਾਰ ਨਾਲ ਵੀ ਗੱਲ ਕਰ ਲਓ ਕਿਸਾਨ ਯੂਨੀਅਨ ਨਾਲ ਵੀ ਗੱਲ ਤਰਕ ਦੇ ਕੇ ਉਹ ਬੰਦ ਕਰਦੇ ਨੇ ਰੇਲਸ ਕੀ ਤਰਕ ਦੇ ਰਹੇ ਕਿ ਕਿ ਕਿਸਾਨ ਜਿੱਤੇ ਬੰਦੇ ਕਹਿ ਰਹੇ ਮਾਲ ਗੱਡੀਆਂ ਨੂੰ ਆਉਣ ਜਾਣ ਦੇ ਨੇ ਕੋਈ ਦਿੱਕਤ ਨਹੀਂ ਹੈ ਉਹ ਦੇਖੋ ਕਿਸਾਨ ਯੂਨੀਅਨਸ ਤੇ ਔਰ ਪੰਜਾਬ ਸਰਕਾਰ ਤੇ ਅਨਡੂ ਨਜਾਇਜ਼ ਪ੍ਰੈਸ਼ਰ ਬਣਾਉਣਾ ਚਾਹੁੰਦੇ ਆ ਗੱਲ ਤਾਂ ਕੁਝ ਵੀ ਨਹੀਂ ਸੀ ਮਾਲ ਗੱਡੀਆਂ ਤਾਂ ਚੱਲ ਇੱਥੇ ਆ ਵੀ ਰਹੀਆਂ ਸੀ ਜਾ ਵੀ ਰਹੀਆਂ ਸੀ ਕੋਈ ਗੱਲ ਤਾਂ ਕੁਝ ਵੀ ਨਹੀਂ ਸੀ ਪੈਸੇਂਜਰ ਟ੍ਰੇਨਾਂ ਦਾ ਮੁੱਦਾ ਹੈਗਾ ਸੀ ਅਜਾ ਉਹ ਮਾਨਯੋਗ ਮੁੱਖ ਮੰਤਰੀ ਜੀ ਨੇ ਤੇ ਕਿਸਾਨ ਯੂਨੀਅਨ ਨੂੰ ਬੇਨਤੀ ਕੀਤੀ ਹੋਈ ਆ ਕਿ ਜੀ ਤੁਸੀਂ ਪੈਸੇਂਜਰ ਵਾਲੀਆਂ ਵੀ ਚੱਲਣ ਦਿਓ ਚਲੋ ਮਾੜੀ ਮੋਟੀ ਗੱਲਬਾਤ ਹੁੰਦੀ ਸੂਬਾ ਸਰਕਾਰ ਦੀ ਇਹਨਾਂ ਦੀ ਕੇਂਦਰ ਦੀ ਉਹਦੇ ਚੋਂ ਦਾ ਹੱਲ ਹੋ ਜਾਂਦਾ ਪਰ ਹੁਣ ਇਹ ਸਜ਼ਾ ਦੇਣੀ ਪੰਜਾਬ ਨੂੰ ਔਰ ਜਿੱਥੋਂ ਦੇ ਜ਼ਿੰਮੇਦਾਰਾਂ ਨੂੰ ਇਹ ਬਹੁਤ ਮਾੜਾ ਕੰਮ ਕੀਤਾ ਉਹਦਾ ਅਸੀਂ ਬਣਾਂਗੇ ਜਿਹੜਾ ਡਿਸੀਜਨ ਦਿੱਤਾ ਜਿਹੜਾ ਵਾਪਸ ਨਹੀਂ ਦਿੱਤਾ ਜਾਊਗਾ ਜਿਹੜਾ ਕਾਨੂੰਨ ਬਣਾਤਾ ਉਹ ਅਸੀਂ ਵਾਪਸ ਬਣਾਵਾਂਗੇ ਉਹ ਹਰੇਕ ਰੇਲੀ ਤੇ ਵਿਆਪ ਦੀ ਇਲੈਕਸ਼ਨ ਦੇ ਦਿਲ ਵਿੱਚ ਕਹਿ ਰਹੇ ਨਹੀਂ ਕਿ ਅਸੀਂ ਵਾਪਸ ਨਹੀਂ ਕਰਾਂਗੇ ਇਹ ਮੈਂ ਮੈਂ ਇਹੋ ਹੀ ਬੇਨਤੀ ਕਰ ਰਿਹਾ ਸੀ ਆਪਣੇ ਜਦੋਂ ਬਈ ਸ਼ੁਰੂ ਚ ਵੀ ਬੋਲਿਆ ਮੋਦੀ ਜੀ ਦੀ ਔਰ ਭਾਜਪਾ ਦੀ ਇਹੀ ਪ੍ਰੋਬਲਮ ਹੈਗੀ ਆ ਇਹ ਮੁਲਕ ਜੀ ਡੈਮੋਕ੍ਰੇਸੀ ਹੈ ਕਿ ਇੱਥੇ ਡਿਕਟੇਟਰਸ਼ਿਪ ਹੈ ਡੈਮੋਕ੍ਰੇਸੀ ਚ ਇੱਕ ਦੂਜੇ ਨਾਲ ਗੱਲ ਕਰਕੇ ਸੋਲੂਸ਼ਨ ਹੁੰਦੇ ਆ ਪਾਰਲੀਮੈਂਟ ਦੇ ਦੋਵਾਂ ਹਾਊਸਾਂ ਚ ਜਲਦੀ 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 ਡਿਸਕਸ਼ਨ ਕਰਾ ਕੇ ਜਦੋਂ ਲੋਕਾਂ ਨੇ ਵੋਟ ਮੰਗੀ ਉਹ ਕਰਾਈ ਨਹੀਂ ਔਰ ਕਿਉਂਕਿ ਮੈਜੋਰਟੀ ਆ ਪਾਸ ਕੀਤੀ ਪਾਸ ਕੀਤੀ ਪਾਸ ਕੀਤੀ ਪਾਸ ਕੀਤਾ ਇਹ ਇਹਨਾਂ ਦੀ ਪ੍ਰੋਬਲਮ ਹੈਗੀ ਆ ਕਿ ਇਹਨਾਂ ਨੂੰ ਮੁਲਕ ਨੇ ਬਹੁਤ ਵੱਡਾ ਮੈਂਡੇਟ ਦਿੱਤਾ 303 ਸੀਟਾਂ ਨੇ ਉਹਦਾ ਬਿਲਕੁਲ ਲੋਕ ਸਭਾ 'ਚ ਦੁਰਉਪਯੋਗ ਕਰ ਰਿਹਾ ਮੈਂ ਕੋਈ ਭਵਿੱਖਬਾਣੀ ਨਹੀਂ ਕਰਦਾ ਪਰ ਬਹੁਤ ਵੱਡੇ ਵੱਡੇ ਡਿਕਟੇਟਰਾਂ ਦੀ ਵੀ ਹਾਰ ਹੋਈਆਂ ਨੇ ਡੈਮੋਕ੍ਰੇਸੀਆਂ 'ਚ ਜਿਨ੍ਹਾਂ ਲੋਕਾਂ ਕੋਲ 400 ਤੋਂ ਉੱਤੇ ਸੀਟਾਂ ਵੀ ਉਹਨਾਂ ਦੀਆਂ ਵੀ ਬਹੁਤ ਬੁਰੀਆਂ ਹਾਰ ਹੋਈਆਂ ਨੇ ਇਹ ਮੈਂ ਮੋਦੀ ਜੀ ਨੂੰ ਔਰ ਭਾਜਪਾ ਨੂੰ ਬੇਨਤੀ ਹੋਈ ਕਰੂੰਗਾ ਹੱਥ ਜੋੜ ਕੇ ਕਿ ਇਹ ਕੰਮ ਨਾ ਕਰੋ ਇੰਨਾ ਇੱਕ ਤਰਫਾ ਕੰਮ ਨਹੀਂ ਕਰੀਦਾ ਇਹ ਡੈਮੋਕ੍ਰੇਸੀ ਆ ਅੱਜ ਜਨਤਾ ਨੇ ਤੁਹਾਨੂੰ ਵੋਟ ਪਾਈ ਆ ਕੱਲ ਨੂੰ ਇਹੀ ਜਨਤਾ ਨੇ ਲਾਉਣ ਲੱਗਿਆ ਤੁਹਾਨੂੰ ਇੱਕ ਸੈਕਿੰਡ ਪੁੱਛਣਾ ਨਹੀਂ ਆਗਾ ਉਡੀ ਰੇਲਵੇ ਚ ਗੱਲ ਹੋਈ ਕਿਸੇ ਅ ਡਿਪਾਰਟਮੈਂਟ ਆਫ ਨਹੀਂ ਮੈਂ ਹੁਣ ਕਿਸੇ ਜਿਹੜੇ ਅਫਸਰ ਨਾਲ ਗੱਲ ਹੋਈ ਉਹ ਗੱਲ ਨਹੀਂ ਤੁਹਾਨੂੰ ਦੱਸਣਾ ਚਾਹੁੰਦਾ ਲੇਕਿਨ ਇਹ ਅਫਸਰਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਸਾਡਾ ਤਾਂ ਅ ਫਰਾਈਡੇ ਦਾ ਸਾਨੂੰ ਆਰਡਰ ਕੀਤਾ ਹੋਇਆ ਹੈ ਕਿ ਮਾਲ ਗੱਡੀਆਂ ਬੰਦ ਕਰੋ ਸਰ ਇਹਦੇ ਨਾਲ ਕਿਲਾ ਪੰਜਾਬ ਦਾ ਹੀ ਨੁਕਸਾਨ ਹੋਊਗਾ ਜਾਂ ਹੋਰ ਸੂਬੇ ਵੀ ਪ੍ਰਭਾਵਿਤ ਹੋਣਗੇ ਦੇਖੋ ਜੀ ਇਹਦੇ ਚ ਤਾਂ ਪੰਜਾਬ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਕਿਉਂਕਿ ਪੰਜਾਬ ਨੂੰ ਜੇ ਆਪਾਂ ਸਮਝੀਏ ਤੁਸੀਂ ਵੀ ਉਹਨਾਂ ਹੀ ਸਮਝ ਦਿਓ ਮੈਂ ਵੀ ਉਹਨਾਂ ਹੀ ਸਮਝ ਦਿਓ ਇਹ ਬਾਰਡਰ ਸੂਬਾ ਹੋਣ ਕਰਕੇ ਇਹਦੇ ਵਿੱਚ ਹੋਇਆ ਕੀ ਆ ਇਹਦੇ ਵਿੱਚ ਕੋਈ ਬਹੁਤ ਵੱਡੀਆਂ ਫੈਕਟਰੀਆਂ ਤਾਂ ਹੈ ਨਹੀਂ ਆ ਇੱਥੇ ਕੋਈ ਹੈ ਕੋਈ ਸੈਂਟਰਲ ਕੋਈ 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 ਡਿਫੈਂਸ ਪ੍ਰੋਡਕਸ਼ਨ ਦਾ ਕੋਈ ਯੂਨਿਟ ਜਾਂ ਫਲਾਣਾ ਯੂਨਿਟ ਜਿਵੇਂ ਤਾਮਿਲ ਲਾਡੂ ਚਲੇ ਆਟੋਮੋਬਾਈਲ ਯੂਨਿਟ ਫਲਾਣਾ ਇਹ ਉਹ ਇਸ ਤਰ੍ਹਾਂ ਦਾ ਤਾਂ ਇੱਥੇ ਕੁਝ ਆਇਆ ਨਹੀਂ ਨਾ ਆਈਟੀ ਆਇਆ ਨਾ ਆਟੋਮੋਬਾਈਲ ਆਇਆ ਕਿਉਂਕਿ ਇਹ ਬਾਰਡਰ ਹੈਗਾ ਪਾਕਿਸਤਾਨ ਨਾਲ ਲੱਗਿਆ ਕਈ ਆਪਣੀਆਂ ਲੜਾਈਆਂ ਹੋ ਚੁੱਕੀਆਂ ਨੇ ਉਹਨਾਂ ਨਾਲ ਇਹ ਤਾਂ ਸੂਬਾ ਖੇਤੀ ਪ੍ਰਧਾਨ ਸੂਬਾ ਔਰ ਹਰ ਸਾਲ ਐਮਐਸਪੀ ਦੇ ਥਰੂ ਜਿਹੜੀ ਐਮਐਸਪੀ ਲਈ ਕਿਸਾਨ ਲੜ ਰਿਆ 60 ਤੋਂ 70 ਹਜ਼ਾਰ ਕਰੋੜ ਰੁਪਈਆ ਪੰਜਾਬ ਦੀ ਇਕਨੋਮੀ ਨੂੰ ਆਉਂਦਾ ਐਮਐਸਪੀ ਦੇ ਥਰੂ 60 ਤੋਂ 62 ਤੋਂ 70 ਹਜ਼ਾਰ ਆ ਤੁਸੀਂ ਜਿਹੜਾ ਮਰਜ਼ੀ ਸਾਲ ਕੱਢ ਲਿਓ ਉਹ ਹੁਣ ਜਿਹੜਾ ਆਉਂਦਾ ਉਹ ਐਮਐਸਪੀ ਦੇ ਨਾਂ ਤੇ ਆ ਗਿਆ ਕੁਝ ਉਹਦਾ 2.5% ਆੜਤੀਆਂ ਨੂੰ ਚਲੇ ਜਾਂਦਾ ਠੀਕ ਹੈ ਜੀ ਟਰਾਂਸਪੋਰਟਰਾਂ ਨੂੰ ਚਲਾ ਗਿਆ ਲੇਬਰ ਨੂੰ ਚਲੇ ਗਿਆ ਔਰ ਇਹਨਾਂ ਸਾਰਿਆਂ ਕੋਲ ਜਿਹੜਾ ਜਾਂਦਾ ਇਹ ਫਿਰ ਦੁਕਾਨਾਂ ਤੇ ਜਾਂਦੇ ਆ ਕੋਈ ਸਮਾਨ ਖਰੀਦਦੇ ਆ ਵਿਆਹ ਸ਼ਾਦੀਆਂ ਕਰਦੇ ਆ এডਿਕੇਸ਼ਨ ਦਾ ਖਰਚਾ ਕਰਦੇ ਆ ਔਰ ਸਾਰਾ ਪੰਜਾਬ ਦੀ ਇਕਨੋਮੀ ਇਹ 70000 ਪਰ ਹਨਮ ਦੇ ਉਹਦੇ ਆਸ-ਪਾਸ ਚੱਲਦੀ ਹੈ ਤੁਹਾਡੇ ਸਾਹਮਣੇ ਦਬਾਅ ਬਣਾਉਣ ਦੀ ਕੋਸ਼ਿਸ਼ ਵਿੱਚ ਕਾਸੀਮ ਸਾਹਿਬ ਦੇ ਵਿੱਚ ਕਿਹਾ ਕਿ ਯੂਰੀਆ ਹੈ ਨਹੀਂ ਉਹ سوری ਕੋਲਾ ਵੀ ਹੈ ਇਸ਼ੂ ਹੈ ਕਾਫੀ ਇਸ਼ੂ ਨੇ ਮਤਲਬ ਦਬਾਅ ਬਣਾਇਆ ਜਾ ਰਿਹਾ ਹੈ ਇਹ ਬਿਲਕੁਲ ਕਿਸਾਨਾਂ ਤੇ ਵੀ ਕਿਸਾਨ ਜਥੇਬੰਦੀਆਂ ਤੇ ਔਰ ਪੰਜਾਬ ਸਰਕਾਰ ਤੇ ਵੀ ਅਨਯੂ ਮੈਂ ਕਹੂੰਗਾ ਕਿ ਬਹੁਤ ਨਜਾਇਜ਼ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਡਾਕਟਰ ਸਾਹਿਬ ਕੀ ਲੱਗਦਾ ਹੈ ਕਿ ਇੱਕ ਪਾਸੇ ਦਾ ਬੀਤੇ ਦਿਨੀ ਕੇਂਦਰ ਸਰਕਾਰ ਨੇ ਜੀਐਸਟੀ ਜਿਹੜਾ ਫੰਡ ਜਿਹੜਾ ਸੂਬਿਆਂ ਦਾ ਹਿੱਸਾ ਉਹ ਜਾਰੀ ਕੀਤਾ ਗਿਆ ਉਹਦੇ ਵਿੱਚ ਪੰਜਾਬ ਦਾ ਨਾਂ ਨਹੀਂ ਹੈਗਾ ਲਿਸਟ ਦੇ ਵਿੱਚ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਉਣ ਵਾਲੀਆਂ ਮਾਲ ਗੱਡੀਆਂ ਰੁਕੀ ਜਾਂਦੀਆਂ ਕੀ ਲੱਗਦਾ ਹੈ ਕਿ ਸਿਆਸੀ ਰੰਜਿਸ਼ ਦੇ ਕਰਕੇ ਮੋਦੀ ਸਰਕਾਰ ਜਿਹੜੀ ਹੈ ਪੰਜਾਬ ਨੂੰ ਬਾਕੀ ਦੇਸ਼ ਨਾਲੋਂ ਕੱਟ ਆਫ ਕਰਨਾ ਚਾਹੁੰਦੀ ਹੈ ਦੇਸ਼ ਨਾਲੋਂ ਤਾਂ ਕੀ ਕੱਟ ਆਫ ਕਰਨਗੇ ਕਿਉਂਕਿ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਨੇ ਇਹ ਪੰਜਾਬੀ ਵੀ ਨੇ ਲੇਕਿਨ ਹਿੰਦੁਸਤਾਨੀ ਵੀ ਨੇ ਇਹ ਇਹ ਤਾਂ ਇਹ ਤਾਂ ਕੌਣ ਹੈਗੇ ਇਹ ਇਹ ਉਹ ਵੱਖ ਨਹੀਂ ਕਰ ਸਕਦੇ ਸਾਨੂੰ ਹਿੰਦੁਸਤਾਨ ਤੋਂ ਕਿਵੇਂ ਵੱਖ ਕਰਨ ਗਿਆ ਸੀ ਸਾਰੇ ਹਿੰਦੁਸਤਾਨੀ ਆ ਪੰਜਾਬੀ ਵੀ ਆ ਹਿੰਦੁਸਤਾਨੀ ਵੀ ਆ ਪੰਜਾਬ ਦੇ ਵੀ ਆ ਹਿੰਦੁਸਤਾਨ ਦੇ ਵੀ ਉਹ ਤਾਂ ਨਹੀਂ ਹੋ ਸਕਦਾ ਲੇਕਿਨ ਇਹ ਕੰਮ ਕਰ ਰਹੇ ਹੈਗੇ ਆ ਕਿ ਪੰਜਾਬ ਨੂੰ ਇਕਨੋਮੀ ਨੂੰ ਜਿੰਨਾ ਨੁਕਸਾਨ ਕਰ ਸਕਦੇ ਉਹਨਾ ਕਰ ਦਿਓ ਹੁਣ ਦੇਖੋ ਜਿਹੜਾ ਜੀਐਸਟੀ ਜਾਰੀ ਕੀਤਾ ਉਹ ਤੁਸੀਂ ਫਿਗਰ ਪੜੀ ਆ ਸਾਰੇ ਹਿੰਦੁਸਤਾਨ ਚ 235000 ਕਰੋੜ ਦਾ ਘਾਟਾ ਵਾ ਟੈਕਸ ਦਾ ਜਿਹੜਾ ਜੀਐਸਟੀ ਦਾ ਔਰ ਜਾਰੀ ਕੱਲ ਕੀ ਕੀਤਾ ਪਰਸੋਂ 6000 ਕਰੋੜ ਇਕੱਲੇ ਪੰਜਾਬ ਦਾ 9.5 ਜਾਂ 10000 ਕਰੋੜ ਬਕਾਇਆ ਵਾ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਮੇਰੇ ਖਿਆਲ 9500 ਕਰੋੜ ਸਾਡਾ ਬਕਾਇਆ ਵਾ ਇਹ ਤਾਂ ਲੋਕਾਂ ਨੂੰ ਤਰਸਾ ਰਹੇ ਆ ਮੇਰੇ ਖਿਆਲ ਸਟੇਟਾਂ ਤਾਂ ਹੁਣ ਇਹਨਾਂ ਦੀ ਆਪਣੀਆਂ ਸਟੇਟਾਂ ਦੇ ਖਿਲਾਫ ਬੋਲ ਨਹੀਂ ਸਕਦੀਆਂ ਬਾਕੀ ਸਾਰਾ ਹਿੰਦੁਸਤਾਨ ਇਹਨਾਂ ਦੇ ਖਿਲਾਫ ਬੋਲ ਰਿਹਾ ਕਿ ਭਾਈ ਉਦੋਂ ਤੁਸੀਂ ਕਿਹਾ ਨਹੀਂ ਅਸੀਂ ਦਵਾਂਗੇ ਹੁਣ ਤੁਸੀਂ ਜੀਐਸਟੀ ਦੀ ਕੰਪਨਸੇਸ਼ਨ ਸਾਨੂੰ ਦਿੰਦੇ ਕਿਉਂ ਨਹੀਂ ਹੈਗੇ ਅਜੇ ਤਾਂ 22 ਤੱਕ ਤੁਸੀਂ ਇਹ ਸੋਚੋ ਮਤਲਬ ਤੁਹਾਨੂੰ ਪਤਾ ਹੈ ਸੰਵਿਧਾਨ 'ਚ ਇੱਕ ਐਮੈਂਡਮੈਂਟ ਹੋਈ ਇੰਡੀਅਨ ਕਨਸਟੀਟਿਊਸ਼ਨ 'ਚ ਇੱਕ ਐਮੈਂਡਮੈਂਟ ਹੋਈ ਹੈ ਜੀਐਸਟੀ ਲਈ ਇਸ ਸੈਂਟਰ ਦੀ ਜ਼ਿੰਮੇਵਾਰੀ ਹੈਗੀ ਆ ਜੀਐਸਟੀ ਕੰਪਨਸੇਸ਼ਨ ਨ ਪਹਿਲੇ 5 ਸਾਲ 17 ਚ ਲਾਗੂ ਹੋਇਆ ਸੀ 1 ਜੁਲਾਈ 22 ਤੱਕ ਇਹ ਸੰਵਿਧਾਨ ਚ ਲਿਖਤਾ ਇਹ ਤਾਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਇਹ ਕਿਸੇ ਚੀਜ਼ ਨੂੰ ਨਹੀਂ ਮੰਨਦੇ ਨਾ ਮੋਦੀ ਸਾਹਿਬ ਮੰਨਣ ਨਾ ਬੀਜੇਪੀ ਪਾਰਟੀ ਮੰਨੇ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਚ ਬੀਤੇ ਦਿਨੀ ਬਿਲ ਪਾਸ ਕੀਤੇ ਗਏ 4 ਕੀ ਲੱਗਦਾ ਹੈ ਕਿ ਕਿਸਾਨਾਂ ਨੂੰ ਉਸਦਾ ਕੋਈ ਫਾਇਦਾ ਹੋਵੇਗਾ ਜਾਂ ਨਹੀਂ ਬਿਲਕੁਲ ਦੇਖੋ ਇਸ ਤਰ੍ਹਾਂ ਹੈਗਾ ਜਿਹੜਾ ਕਿਸਾਨਾਂ ਨਾਲ ਅਗਰ ਆਪਾਂ ਗੱਲ ਕਰੀਏ ਜਾਂ ਉਹਨਾਂ ਦੀ ਗੱਲ ਸੁਣੀਏ ਉਹਨਾਂ ਨੂੰ ਇਹ ਲੱਗਦਾ ਔਰ ਮੈਨੂੰ ਤਾਂ ਆਪ ਲੱਗਦਾ ਕਿ ਬੇਸਿਕਲੀ ਕੀ ਆ ਕਿ ਇਹ ਐਮਐਸਪੀ ਜਿਹੜੀ ਹੈਗੀ ਆ ਔਰ ਐਮਐਸਪੀ ਦੇ ਨਾਲ ਜਿਹੜੀ ਸਰਕਾਰੀ ਖਰੀਦ ਆ ਇਹ ਉਹਨੂੰ ਹੌਲੀ-ਹੌਲੀ ਕਰਕੇ ਖਤਮ ਕਰਨਾ ਚਾਹੁੰਦੇ ਆ ਔਰ ਉਹਦੀ ਜਗ੍ਹਾ ਜਿਹੜੀ ਜਗ੍ਹਾ ਖਾਲੀ ਹੋ ਉੱਥੇ ਪ੍ਰਾਈਵੇਟ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮਲਟੀਨੇਸ਼ਨਲ ਨੂੰ ਲਿਆਉਣਾ ਚਾਹੁੰਦੇ ਆ ਤੁਸੀਂ ਦੇਖੋ ਤਾਂ ਸਹੀ ਨਾ ਜਿਹੜੇ ਕਾਨੂੰਨ ਪਾਸ ਕੀਤੇ ਆ ਉਹਨਾਂ 'ਚ ਇਹ ਲਿਖ ਰਿਆ ਕਿ ਜੋ ਸੈਂਟਰ ਦਾ ਲਾਅ ਹੈਗਾ ਉਹੀ ਲਾਗੂ ਹੋਊਗਾ ਕਿਸੇ ਸਟੇਟ 'ਚ ਪਾਵਰ ਨਹੀਂ ਆ ਸਟਾਕ ਲਿਮਿਟਾਂ ਖਤਮ ਕਰਦੀਆਂ ਮਤਲਬ ਕੀ ਆ ਕਿ ਜਿੰਨਾ ਮਰਜੀ ਕਣਕ ਜਿੰਨਾ ਮਰਜੀ ਝੋਨਾ ਜਿੰਨਾ ਮਰਜੀ ਮੱਕੀ ਜਿਹੜਿਆਂ ਮਰਜੀ ਚੀਜ਼ਾਂ ਜਿੰਨੀਆਂ ਮਰਜੀ ਸਟੋਰ ਕਰ ਲੋ ਤੁਹਾਡੇ ਤੇ ਕੋਈ ਕਾਨੂੰਨ ਨਹੀਂ ਔਰ ਮੈਂ ਤਾਂ ਪਾਰਲੀਮੈਂਟ 'ਚ ਬੋਲਿਆ ਮੈਂ ਕਿਹਾ ਕੋਈ ਕੇਂਦਰ ਸਰਕਾਰ ਐਵੇਂ ਦੀ ਹੋ ਸਕਦੀ ਆ ਜਿਹੜੀ ਕਾਨੂੰਨ 'ਚ ਲਿਖ ਦੇ ਜਦੋਂ ਤੱਕ ਭਾਅ ਡਬਲ ਨਾ ਹੋ ਜੇ ਅਸੀਂ ਇੰਟਰਫੇਅਰ ਨਹੀਂ ਕਰਾਂਗੇ ਤੁਹਾਨੂੰ ਪਤਾ ਉਹ ਲਾਅ ਵਿੱਚ ਲਿਖਿਆ ਹੈਗਾ ਤੁਹਾਨੂੰ ਪਤਾ ਨਾ ਐਸੈਂਸ਼ੀਅਲ ਕਮੋਡਿਟੀ ਐਕਟ ਵਿੱਚ ਕੀ ਲਿਖਿਆ ਵਾ ਕਿ ਜਦੋਂ ਤੱਕ ਵੈਜੀਟੇਬਲ ਔਰ ਫਰੂਟਸ 100% ਪ੍ਰਾਈਸ ਨਾ ਵਾ ਜੇ 100 ਦੀ 200 ਨਾ ਹੋ ਜੇ ਔਰ ਅਦਰ ਫੂਡ ਗ੍ਰੇਨ ਜਦੋਂ 100 ਤੋਂ 150 ਨਾ ਹੋ ਜੇ ਉਦੋਂ ਤੱਕ ਕੇਂਦਰ ਸਰਕਾਰ ਇਹਦੇ ਵਿੱਚ ਨਹੀਂ ਪਾਊਗਾ ਮਤਲਬ ਕੋਈ ਸਰਕਾਰ ਕਾਨੂੰਨ ਬਣਾਉਂਦੀ ਆ ਜੇ ਡਿਓੜਾ ਪ੍ਰਾਈਸ ਹੁਣ ਡਬਲ ਹੋ ਜੇ ਔਰ ਅਸੀਂ ਇੰਟਰਫੀਅਰ ਨਹੀਂ ਕਰਾਂਗੇ ਇਹ ਮੋਦੀ ਸਾਹਿਬ ਨੂੰ ਲੱਗਦਾ ਕਿ ਮੈਨੂੰ ਇੱਕ ਵਾਰੀ ਦੇਤੀ ਹੈਗੀ ਇਹ ਮੈਜੋਰਿਟੀ ਮੈਂ ਲੋਕਾਂ ਦੇ ਹੁਣ ਕੰਜ਼ਿਊਮਰ ਦਾ ਕੀ ਹਾਲ ਹੋਊਗਾ ਜੀ ਆ ਪਿਆਜ਼ ਦਾ ਔਰ ਆਲੂਆਂ ਚ ਲੋਕਾਂ ਦਾ ਕੀ ਹਾਲ ਹੋਇਆ ਵਾ ਔਰ ਇਹ 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 ਉਹਦੇ ਇੰਟਰਫੀਅਰ ਨਹੀਂ ਕਰਦੇ ਹੈਗੇ ਕਿਉਂਕਿ ਸਾਰੇ ਇਹਨਾਂ ਦੇ ਦੋਸਤ ਮਿੱਤਰ ਆ ਕਾਰਪੋਰੇਟ ਉਹਨਾਂ ਨੂੰ ਫਾਇਦਾ ਹੋ ਰਿਹਾ ਤੇ ਇਸ ਕਰਕੇ ਇਹ ਤਾਂ ਲੋਕਾਂ ਦੀ ਸਰਕਾਰ ਨਹੀਂ ਹੈਗੀ ਲੋਕਾਂ ਤੋਂ ਵੋਟ ਜ਼ਰੂਰ ਲਈ ਆ ਇਹ ਕਾਰਪੋਰੇਟਾਂ ਦੀ ਸਰਕਾਰ ਹੈਗੀ ਆ ਵੱਡੇ ਲੋਕਾਂ ਦੀ ਸਰਕਾਰ ਸਾਡਾ ਸਵਾਲ ਇਹ ਮੇਰਾ ਕੀ ਹੈ ਵਿਰੋਧੀ ਕਹਿ ਰਹੇ ਨੇ ਕਿ ਜਦੋਂ ਪੰਜਾਬ ਸਰਕਾਰ ਨੇ ਬਿੱਲ ਲਿਆ ਕਿਹਾ વિધાનસભા ਚ ਸਿਰ ਦੋ ਫਸਲਾਂ ਤੇ ਐਮਐਸਪੀ ਤੇ ਬਾਕੀ ਫਸਲਾਂ ਤੇ ਐਮਐਸਪੀ ਦਾ ਕਹਿੰਦੇ ਤੁਹ ਨਹੀਂ ਦਿੱਤਾ ਗਿਆ ਨਹੀਂ ਕਿਉਂਕਿ ਦੇਖੋ ਅਗਰ ਆਪਾਂ ਵੈਸੇ 22 ਜਾਂ 23 23 ਫਸਲਾਂ ਦਾ ਦਿੰਦੇ ਆ ਐਮਐਸਪੀ ਜਿਹੜਾ ਕਾਗਜ਼ਾਂ 'ਚ ਆ ਕਾਗਜ਼ਾਂ 'ਚ ਲੇਕਿਨ ਐਕਚੁਅਲ ਜਿਹੜਾ ਮਿਲਦਾ ਹੈਗਾ ਉਹ ਮਿਲਦਾ ਹੈਗਾ ਇਹਦਾ ਪੂਰਾ ਮਿਲਦਾ ਔਰ ਇਹਦਾ ਕਣਕੌਰ ਝੋਨੇ ਦਾ ਕਿਉਂ ਪੂਰਾ ਮਿਲਦਾ ਐਮਐਸਬੀ ਉਹਦਾ ਕਾਰਨ ਆ ਉਹਦਾ ਕਾਰਨ ਹੈ ਕਿ ਜਦੋਂ ਆਪਾਂ ਸ਼ਿਫਟ ਟੂ ਮਾਉਥਸ ਚ ਹੈਗੇ ਸੀ 1960 ਵਾਲੇ ਦਸ਼ਕ ਵਿੱਚ ਆਪਾਂ ਤੁਹਾਨੂੰ ਪਤਾ ਆਪਣੇ ਭੁੱਖ ਮਰੀ ਸੀ ਆਪਣੇ ਕੋਲ ਖਾਣ ਨੂੰ ਹੁੰਦਾ ਨਹੀਂ ਸੀ ਉਦੋਂ ਪੰਜਾਬ ਦੇ ਕਿਸਾਨ ਨੂੰ ਤਿਆਰ ਕੀਤਾ ਗਿਆ ਤੁਹਾਨੂੰ ਪਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਾਈ ਕਿਉਂ ਜੀ ਐਫਸੀਆਈ 1964-65 ਚ ਕ੍ਰੀਏਟ ਕੀਤੀ CCPC ਜਿਹਨੂੰ ਐਗਰੀਕਲਚਰ ਪ੍ਰਾਈਸਸ ਕਮਿਸ਼ਨ ਕਹਿੰਦੇ ਹੈਗੇ ਆ ਉਹ ਕ੍ਰੀਏਟ ਕੀਤਾ ਔਰ ਪੰਜਾਬ ਦੇ ਜ਼ਿਮੀਦਾਰਾਂ ਨੂੰ ਕਿਹਾ ਕਿ ਭਾਈ ਤੁਸੀਂ ਕਣਕ ਪੈਦਾ ਕਰੋ ਕਿਉਂਕਿ ਮੁਲਕ 'ਚ ਹੈ ਨਹੀਂ ਇੱਥੋਂ ਦਾ ਜ਼ਿਮੀਦਾਰ ਲੱਗ ਗਿਆ ਉਹਨੇ 4 ਜਾਂ 5 ਸਾਲ 'ਚ ਹਿੰਦੁਸਤਾਨ ਨੂੰ ਕਣਕ 'ਚ ਸੈਲਫ ਸਫੀਸ਼ੀਐਂਟ ਬਣਾ ਦਿੱਤਾ ਫਿਰ 70 ਚ ਆ ਕੇ ਕਹਿਣ ਲੱਗੇ ਨਹੀਂ ਝੋਨਾ ਵੀ ਕਰੋ ਔਰ ਇੱਥੋਂ ਦੇ ਲੋਕ ਉਹਦੇ 'ਚ ਲੱਗੇ ਹੁਣ ਕੀ ਹੋਇਆ ਕਿ ਪੰਜਾਬ ਘਟੂ ਘਟ 25 30% ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਜਿਹੜਾ ਤੁਸੀਂ ਸਵਾਲ ਕੀਤਾ ਸਰਕਾਰੀ ਖਰੀਦ ਕਿਉਂ ਹੁੰਦੀ ਆ ਜਿਹੜਾ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਆ ਜਿਹੜਾ ਨੈਸ਼ਨਲ ਫੂਡ ਸਕਿਉਰਿਟੀ ਐਕਟ ਆ ਉਹਦੇ ਚ ਹੈਗਾ ਕਿ 75% ਰੂਰਲ ਪਾਪੂਲੇਸ਼ਨ ਔਰ 50% ਅਰਬਨ ਪਾਪੂਲੇਸ਼ਨ ਨੂੰ ਤੁਸੀਂ 2-3 ਰੁਪਏ ਤੇ ਸਸਤਾ ਅਨਾਜ ਦੇਣਾ ਹੈਗਾ ਉਹਦੀ ਜਿਹੜੀ ਰਿਕੁਆਇਰਮੈਂਟ ਆ 600 ਤੋਂ 65 ਮੇਰੇ ਖਿਆਲ ਮਿਲੀਅਨ ਟਨ ਦੋਦੀ ਰਿਕੁਆਇਰਮੈਂਟ ਆ ਉਹਦੇ ਇਹਦੀ ਆਪਣਾ ਕਣਕ ਦੀ ਔਰ ਚਾਵਲ ਦੀ ਉਹ 60 65 ਮਿਲੀਅਨ ਟਨ ਜਿਹੜਾ ਚਾਹੀਦਾ ਪੀ ਡੀ ਐਸ ਲਈ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਲਈ ਉਹ ਸਾਰੇ ਦਾ ਸਾਰਾ ਇਹਨਾਂ ਨੂੰ ਕਰਨਾ ਪੈਂਦਾ ਉਹਦੇ ਚ ਪੰਜਾਬ ਤੋਂ ਇਹਨਾਂ ਨੂੰ ਲੈਣਾ ਪੈਂਦਾ ਮਜਬੂਰੀ ਚ ਤਾਂ ਹੀ ਤਾਂ ਇਹ ਅਗਰ ਤੁਹਾਨੂੰ ਯਾਦ ਹੋਵੇ ਅਖਬਾਰਾਂ ਚ ਆਇਆ ਮੈਂ ਪਾਰਲੀਮੈਂਟ ਚ ਬੋਲਿਆ ਇਹਨਾਂ ਨੇ 2014 ਚ ਜਦੋਂ ਸਰਕਾਰ ਬਣੀ ਇਹਨਾਂ ਨੇ ਸ਼ਾਂਤਕੁਮਾਰ ਕਮੇਟੀ ਇੱਕ ਬਣਾਈ ਸੀ ਯਾਦ ਆ ਤੁਸੀਂ ਸੁਣਿਆ ਹੋਣਾ 15 ਚ ਉਹਦੀ ਰਿਪੋਰਟ ਆਉਂਦੀ ਹੈ ਹੁਣ ਦੇਖੋ ਉਹਦੀ ਰਿਪੋਰਟ ਪੜੋ ਆ ਤੁਸੀਂ ਵੈਬਸਾਈਟ ਤੇ ਚਲੇ ਜਾਓ ਸ਼ੰਤਾ ਕੁਮਾਰ ਰਿਪੋਰਟ ਦੀ ਪਹਿਲੀ ਰეკਮੈਂਡੇਸ਼ਨ ਕਿ ਜਿਹੜਾ ਨੈਸ਼ਨਲ ਫੂਡ ਸਕਿਉਰਿਟੀ ਐਕਟ ਚ ਆਪਾਂ ਜਿਹੜਾ 67% 75 ਰੂਰਲ 50 ਅਰਬਨ ਉਹ ਐਵਰੇਜ ਕੰਟਰੀ ਦਾ 67% ਮਤਲਬ 67% ਨੂੰ ਸਸਤਾ ਅਨਾਜ ਮਿਲਦਾ ਪਹਿਲੀ ਰეკਮੈਂਡੇਸ਼ਨ ਕਿ ਜੀ ਉਹਨੂੰ 67 ਤੋਂ ਇਮੀਡੀਏਟਲੀ 40 ਤੇ ਲੈ ਕੇ ਆਓ ਇਹ ਰეკਮੈਂਡੇਸ਼ਨ ਕਿ ਉਹਨੂੰ ਅੱਧਾ ਕਰ ਦਿਓ ਠੀਕ ਹੈ ਜੀ ਅੱਧਾ ਨਹੀਂ ਅੱਧੇ ਤੋਂ ਮਤਲਬ ਥੋੜਾ ਜਿਹਾ ਜ਼ਿਆਦਾ ਕਰ ਦਿਓ ਠੀਕ ਹੈ ਜੀ ਪਹਿਲੀ ਰეკਮੈਂਡੇਸ਼ਨ ਮਤਲਬ ਜਿਹੜਾ ਤੁਸੀਂ ਐਮਐਸਪੀ ਪਬਲਿਕ ਪ੍ਰੋਕਿਊਰਮੈਂਟ ਕਰਦੇ ਹੋ ਉਹਨੂੰ ਕੱਟ ਕਰੋ ਜਿੰਨਾ ਕੱਟ ਕਰਨਗੇ ਓਨੀ ਸਪੇਸ ਪ੍ਰਾਈਵੇਟ ਨੂੰ ਔਰ ਕਾਰਪੋਰੇਟ ਨੂੰ ਮਿਲਦੀ ਆ ਕਿਉਂ ਜੀ ਦੂਸਰਾ ਰეკਮੈਂਡੇਸ਼ਨ ਐਫਸੀਆਈ ਨੂੰ ਅਨਬੰਡਲ ਕਰ ਦਿਓ ਅਨਬੰਡਲ ਅੰਗਰੇਜ਼ੀ ਚ ਕਿਹਾ ਮਤਲਬ ਇਹਨੂੰ ਤੋੜ ਦਿਓ ਐਫਸੀਆਈ ਜਦੋਂ ਟੁੱਟਦੀ ਆ FCA ਆਪਣੀ ਉਹ ਏਜੰਸੀ ਹੈ ਜਿਹੜੀ ਕਣਕ ਔਰ ਝੋਨਾ ਜਾਂ ਝੋਨੇ ਨੂੰ ਫਿਰ ਬਾਅਦ ਚ ਆਪਾਂ ਸ਼ੈਲਰਾਂ ਵਿੱਚ ਲਾ ਕੇ ਚੌਲ ਬਣਾ ਦਿੰਨੇ ਆ ਕਿ ਉਹ ਦੋਵੇਂ ਦੋਵੇਂ ਚੀਜ਼ਾਂ ਉਹ ਖਰੀਦੀ ਆ ਸੈਂਟਰਲ ਗਵਰਨਮੈਂਟ ਲਈ ਤੇ ਉਹ ਜਦੋਂ ਖਤਮ ਹੋ ਗਈ ਤੇ ਇਹ ਕਿਹਨੇ ਖਰੀਦਣੇ ਆ ਇਹਨੂੰ ਖਤਮ ਕਰ ਦਿਓ ਐਗਰੀਕਲਚਰ ਸਬਸਿਡੀ ਕੱਟ ਕਰੋ ਫੂਡ ਸਬਸਿਡੀ ਕੱਟ ਕਰੋ ਔਰ ਪ੍ਰਾਈਵੇਟ ਦੀ ਜਿਹੜਾ ਹੈਗਾ ਤੁਸੀਂ ਹਿੱਸੇਦਾਰੀ ਵਧਾਓ ਉਹ ਕੀਤਾ ਉਦੋਂ ਰੌਲਾ ਰੂਲਾ ਪੈ ਗਿਆ ਥੋੜਾ ਜਿਹਾ ਪਿੱਛੇ ਹਟ ਗਏ ਫਿਰ ਵਰਲਡ ਬੈਂਕ ਦਾ ਪ੍ਰੈਸ਼ਰ ਡਬਲਿਊਟੀਓ ਦਾ ਪ੍ਰੈਸ਼ਰ ਫਲਾਣੇ ਦਾ ਪ੍ਰੈਸ਼ਰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਆ ਜਿਹੜੀ ਇਹਦੇ ਤੇ ਸਾਰਾ ਕੁਝ ਕਰਦੀ ਆ ਉਹ ਕਈ ਸਾਲਾਂ ਤੋਂ ਯੂਪੀਏ ਸਰਕਾਰ ਜਦੋਂ ਦੇ ਉਦੋਂ ਵੀ ਪਿੱਛੇ ਲੱਗੇ ਸੀ ਉਦੋਂ ਤੋਂ ਮੈਂ ਸੀਐਮਡੀ ਐਫਸੀ ਸੀਏ ਸੀ ਯੂਪੀਏ ਸਰਕਾਰ ਨੇ ਕਹਿਣਾ ਨਹੀਂ ਮੰਨਿਆ ਇਹਨਾਂ ਨੇ ਆਪਣਾ ਜਦੋਂ ਦੂਸਰੀ ਵਾਰੀ ਇਲੈਕਸ਼ਨ ਜਿੱਤ ਲਈ ਇਹਨਾਂ ਨੇ ਕਿਹਾ ਮੈਂ ਕਰ ਦੂੰਗਾ ਉਹ ਰਾ ਚੱਕੇ ਮਾਰਿਆ ਕਿਉਂਕਿ ਮжоਰਿਟੀ ਹੈਗੀ ਆ ਕਾਨੂੰਨ ਬਣਾਤੇ ਅਜਬ ਪੰਜਾਬ ਦਾ ਜ਼ਿਮੀਂਦਾਰ ਇਹ ਗੱਲ ਸਮਝਦਾ ਹੈਗਾ ਕਿ ਜੇ ਉਹਦੀ ਐਮਐਸਪੀ ਚਲੀ ਗਈ ਜੇ ਆਪਾਂ ਸਰਕਾਰੀ ਖਰੀਦ ਚਲੀ ਗਈ ਉਹ ਜਾਊਗਾ ਕਿੱਥੇ ਜੀ ਤੁਸੀਂ ਹੁਣੇ ਦੇਖੋ ਜੀ ਆ ਮੱਕੀ ਹੁਣ ਵਿਕਰੀ ਸੀ ਨਾ ਮੱਕੀ ਦਾ 1800 ਆ ਨਾ ਐਮਐਸਪੀ 1800 ਸਮਥਿੰਗ ਆ 8900 ਸੇ 700 ਤੇ ਵਿਕੀ ਕਿ ਨਹੀਂ ਵਿਕੀ ਤੇ ਕਿੱਥੇ ਆ ਜੀ ਐਮਐਸਪੀ ਐਮਐਸਪੀ ਸਿਰਫ ਇਹਨਾਂ ਦੋਆਂ ਦੀ ਮਿਲਦੀ ਆ ਕਾਟਨ ਆ ਕਾਟਨ ਵਾਲੇ ਬਠਿੰਡੇ ਵਾਲੇ ਰੋ ਰਹੇ ਕਿ ਨਹੀਂ ਰੋ ਰਹੇ ਮਾਨਸਾ ਬਠਿੰਡਾ ਸਾਰਾ ਰੋ ਰਿਆ ਇਹ ਕਿਸੇ ਪ੍ਰਾਈਵੇਟ ਨੇ ਦੇਣੀ ਨਹੀਂ ਆ ਜਿੱਥੇ ਪ੍ਰਾਈਵੇਟ ਆ ਗਿਆ ਉਹਨੇ ਦੇਣੀ ਨਹੀਂ ਆ ਠੀਕ ਹੈ ਜੀ ਜਨਤਾ ਪਰ ਕਾਂਗਰਸ ਭਾਜਪਾ ਇਹ ਕਹਿ ਰਹੀ ਹੈ ਕਿ ਜਿਹੜਾ ਇਹ ਕਾਨੂੰਨ ਹੈ ਇਹ ਕਾਂਗਰਸ ਵੱਲੋਂ ਹੀ ਲਿਆਂਦਾ ਗਿਆ ਸੀਗਾ ਅਸੀਂ ਸਿਰਫ ਇਸ ਨੂੰ ਇੰਪਲੀਮੈਂਟ ਕੀਤਾ ਹੈ ਅਰੇ ਐਵੇਂ ਮਾਰੀ ਜਾਂਦੇ ਆ ਅੱਛਾ ਸਰਕਾਰਾਂ ਜਦੋਂ ਹੁੰਦੀਆਂ ਨੇ ਹਜ਼ਾਰਾਂ ਪ੍ਰਪੋਜ਼ਲ ਆਫ ਸਰ ਆਫ ਸਰ ਕਾਗਜ਼ ਚੁਲਾਉਂਦੇ ਰਹਿੰਦੇ ਆ ਅਲਟੀਮੇਟਲੀ ਤਾਂ ਉਹ ਹੁੰਦਾ ਜਿਹੜਾ ਕਾਨੂੰਨ ਬਣੇ ਉਹਦਾ ਤੇ ਕੀ ਮਤਲਬ ਆ ਕੋਈ ਡਰਾਫਟ ਕਿਤੇ ਬਣਿਆ ਹੋਊਗਾ ਫਿਰ ਕੀ ਹੋ ਗਿਆ ਇਹਨਾਂ ਦੀ ਸਰਕਾਰ ਚ 500 ਡਰਾਫਟ ਇਹੋ ਜਿਹੇ ਬਣਿਆ ਹੋਣਾ ਹੈਗਾ ਭਾਈ ਦੇਖੋ ਅਲਟੀਮੇਟਲੀ ਜਿਹੜੀ ਗੱਲ ਪਬਲਿਕ ਡੋਪੇਨ ਚ ਆਵੇ ਔਰ ਕਾਨੂੰਨ ਬਣ ਜੇ ਉਹ ਮੰਨਿਆ ਜਾਂਦਾ ਕਿ ਇਹ ਸਰਕਾਰ ਨੇ ਕੀਤਾ ਉਹਨਾਂ ਦੇ ਇੰਟਰਨਲ ਕੀ ਡਿਸਕਸ਼ਨ ਹੋ ਰਹੀ ਸੀ ਉਹ ਥੋੜੀ ਹੁੰਦਾ ਹੈਗਾ ਉਹਦੇ ਮਨਿਸਟਰਾਂ ਦੇ ਵਿੱਚ ਮਨਿਸਟਰੀਆਂ 'ਚ ਸਰਕਾਰਾਂ 'ਚ ਅਫਸਰਾਂ ਸੌ ਤਰ੍ਹਾਂ ਦੀਆਂ ਫਾਈਲਾਂ ਚੱਲਦੀ ਰਹਿੰਦੇ ਹੁਣ ਉਹਨਾਂ ਦੀਆਂ ਫਾਈਲਾਂ ਦੇਖਣੀ ਹੈ ਸ਼ੁਰੂ ਕਰਾਂਗੇ ਸੌਰੀ ਤੇ ਇਹ ਤਾਂ ਦੇਖੋ ਅੰਤ ਤੇ ਮੈਂ ਇਹ ਕਹਿਣਾ ਚਾਹਣਾ ਇਹ ਰੇਲ ਗੱਡੀਆਂ ਬੰਦ ਕਰਕੇ ਮਾਲ ਦੀਆਂ ਔਰ ਇਹ ਸ਼ਰਤਾਂ ਲਗਾ ਕੇ ਬਿਲਕੁਲ ਪੰਜਾਬ ਨੂੰ ਕੰਗਾਲ ਕਰਨਾ ਚਾਹੁੰਦੇ ਆ ਜ਼ਿੰਮੇਵਾਰਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਆ ਔਰ ਪੰਜਾਬ ਸਰਕਾਰ ਨੂੰ ਪ੍ਰੈਸ਼ਰ ਚ ਕਰ ਰਿਹਾ ਮੈਂ ਇਹਦੀ ਬਿਲਕੁਲ ਨਿੰਦਾ ਕਰਦਾ ਔਰ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਕੰਮ ਨਾ ਕਰੋ ਇਹ ਅੱਛਾ ਕੰਮ ਨਹੀਂ ਆ ਡੈਮੋਕ੍ਰੇਸੀ ਸਰਕਾਰਾਂ ਸ਼ਰਤਾਂ ਨਾਲ ਨਹੀਂ ਉਹ ਡਿਸਕਸ਼ਨ ਨਾ ਚੱਲਦੀ ਕਿ ਲੀਡਰ ਕਹਿ ਰਹੇ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਘਰਨੇ ਲੱਗ ਰਹੇ ਨੇ ਇਹ ਵੀ ਚੋਲੀ ਇਹਦੇ ਵਿੱਚ ਜਿਹੜੇ ਸਭ ਤੋਂ ਵੱਡੇ ਇਹ ਹੁਣ ਤੁਸੀਂ ਦੱਸੋ ਮੈਂ ਹੁਣ ਉਹ ਏਡੇ ਵੱਡੇ ਆਦਮੀ ਨੇ ਮੈਂ ਤਾਂ ਅਜੇ ਛੋਟਾ ਜਿਹਾ ਅਜੇ ਕਾਂਗਰਸ ਦਾ ਵਰਕਰ ਹੈਗਾ ਹੁਣ ਨੱਡਾ ਸਾਹਿਬ ਦੇ ਮੂੰਹੋਂ ਤੁਸੀਂ ਸਾਰੇ ਪੰਜਾਬ ਚ ਹੈਗੇ ਹੋ ਭਾਈ ਕਿਤੇ ਅਚਾ ਉਹ ਜ਼ਿਮੀਦਾਰ ਨੂੰ ਵਿਚੋਲੀਆ ਕਹੀ ਜਾਂਦੇ ਆ ਕਿਸੇ ਜਗ੍ਹਾ ਕੋਈ ਕੌਣ ਬੈਠਾ ਹੈਗਾ ਇੱਥੇ ਹੁਣੇ ਨਿਕਲ ਕੇ ਦੇਖ ਲੋ ਮੇਰੇ ਗਲਮੁੱਲਾਪੁਰ ਵਾਲੇ ਆਪਣੇ ਉਹ ਜਿਹੜਾ ਟੋਲ ਆ ਉੱਤੇ ਕੌਣ ਬੈਠਾ ਹੋਇਆ ਜਾਓ ਜਾ ਕੇ ਦੇਖ ਲੋ ਉਹ ਜ਼ਿਮੀਦਾਰ ਬੈਠੇ ਹੋਇਆ ਇੱਥੇ ਸਾਡੇ ਕੋਲ ਇੱਕ ਰੇਲयंस ਦਾ ਪੈਟਰੋਲ ਪੰਪ ਉਹਦੇ ਬਾਹਰ ਬੈਠੇ ਹੁਣੇ ਜਾ ਤੁਸੀਂ ਜਾਣਾ ਨਾ ਲੁਧਿਆਣੇ ਬੈਠੇ ਜ਼ਿਮੀਦਾਰ ਆ ਉੱਜੀ ਮੀਨਰ ਨੂੰ ਵਿਚੋਲੀਆ ਕਹੀ ਜਾਂਦੇ ਆ ਮੈਨੂੰ ਤਾਂ ਬੀਜੇਪੀ ਵਾਲਿਆਂ ਦੀ ਸਮਝ ਨਹੀਂ ਆਉਂਦੀ ਅਰੇ ਭਾਈ ਪਾਵਰ ਮਿਲ ਜੇ ਡੈਮੋਕ੍ਰੇਸੀ ਚ ਪਾਵਰ ਬਹੁਤ ਮਿਲਦੀ ਆ ਰਾਜੀਵ ਗਾਂਧੀ ਦੀਆਂ 405 ਸੀਟਾਂ ਸੀ ਫਿਰ ਡੈਮੋਕ੍ਰੇਸੀ ਚ ਅਗਲੀ ਵਾਰ ਕਿੱਥੇ ਗਏ ਸੀ ਕੁਝ ਪਤਾ ਲੱਗਿਆ ਸੀ ਤੇ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਡੈਮੋਕ੍ਰੇਸੀ ਚ ਪਾਵਰ ਮਿਲਦੀ ਆ ਜਨਤਾ ਪਾਵਰ ਦਿੰਦੀ ਆ ਜਨਤਾ ਵਾਪਸ ਵੀ ਲੈਂਦੀ ਆ ਇਹਨਾਂ ਦਿਮਾਗ ਖਰਾਬ ਨਹੀਂ ਰੱਖੀਦਾ ਕਿ ਬੰਦੇ ਨੂੰ ਬੰਦਾ ਨਾ ਕਹੋ ਤਾਂ ਵੀ ਸਵਾਲ ਹੈ ਸਾਡਾ ਰਮੀਤ ਪਿੱਟੂ ਵੱਲੋਂ ਕੱਲ ਇੱਕ ਵੀਡੀਓ ਆਪਣੀ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਮੀਡੀਆ ਵਾਲਿਆਂ ਨੂੰ ਵੀ ਭੇਜੀ ਗਈ ਹੈ ਉਹ ਇਹ ਕਹਿ ਰਹੇ ਨੇ ਆਪਣੀ ਵੀਡੀਓ ਦੇ ਵਿੱਚ ਕਿ ਜਿਹੜਾ ਸੂਬਾ ਸਰਕਾਰ ਵੱਲੋਂ ਪਾਸ ਕੀਤੇ ਗਏ ਨੇ ਬਿੱਲ ਜਾਂ ਵਿਰੋਧੀ ਪਾਰਟੀਆਂ ਕਹਿ ਰਹੀ ਹੈ ਕਿ ਸੂਬਾ ਸਰਕਾਰ ਆਪਣੇ ਪੱਧਰ ਤੇ ਫੈਸਲਾ ਲਵੇ ਬਿੱਲਾਂ ਨੂੰ ਲਾਗੂ ਕਰੇ ਉਹ ਕਹਿੰਦੇ ਕਿ ਇਹ ਹੋ ਨਹੀਂ ਸਕਦਾ ਕਿਉਂਕਿ ਇੱਕ ਸਾਲ ਤੱਕ ਹੀ ਅਸੀਂ ਵੱਤ ਵਾਤ ਅਨਭੰਡਾਰਨ ਜਿਹੜਾ ਆਪਣੇ ਕੋਲ ਸੇਵ ਕਰ ਸਕਦੇ ਹਾਂ ਉਸ ਤੋਂ ਬਾਅਦ ਸੀਸੀਐਲ ਜਿਹੜਾ ਕੇਂਦਰ ਸਰਕਾਰ ਨੇ ਖਤਮ ਕਰ ਦੇਣਾ ਉਹਨਾਂ ਨੇ ਕਿਹਾ ਕਿ ਸਾਡਾ ਲੜਾਈ ਜਿਹੜੀ ਹੈ ਕੇਂਦਰ ਨਾਲ ਹੈ ਅਸੀਂ ਕੇਂਦਰ ਨਾਲ ਲੜੀਏ ਫਿਰ ਤੁਹਾਨੂੰ ਕੀ ਲੱ ਸਰਕਾਰ ਵੱਲੋਂ ਬਿੱਲ ਪਾਸ ਕੀਤੇ ਗਏ ਵਿਧਾਨ ਸਭਾ 'ਚ ਉਸਦੇ ਕੋਈ ਮਾਇਨੇ ਨਹੀਂ 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 ਦੇਖੋ ਇਸ ਤਰ੍ਹਾਂ ਹੈਗਾ ਮੈਂ ਪਹਿਲਾਂ ਵੀ ਜਵਾਬ ਦਿੱਤਾ ਸੀ ਕਿਉਂਕਿ ਕੇਂਦਰ ਸਰਕਾਰ ਨੇ ਖੇਲ ਕੀ ਕੀਤਾ ਹੈਗਾ ਉਹਨੇ ਕੰਕਰੈਂਟ ਲਿਸਟ ਜਿਹੜੀ ਐਂਟਰੀ 33 ਆ ਉਹਦੇ ਥਰੂ ਕਾਨੂੰਨ ਬਣਾਤਾ ਪੰਜਾਬ ਸਰਕ ਜਿਹੜੀ ਕੰਕਰੈਂਟ ਲਿਸਟ ਹੈ ਉਹਦੇ ਵਿੱਚ ਸੈਂਟਰ ਔਰ ਸਟੇਟ ਦੋਵਾਂ ਨੂੰ ਕਾਨੂੰਨਨ ਪਾਵਰ ਹੈਗੀ ਆ ਕਿ ਆਪਣਾ ਆਪਣਾ ਲਾ ਬਣਾ ਸਕਦੇ ਆ ਕਿਉਂਕਿ ਉਹਨਾਂ ਨੇ ਕੰਕਰੈਂਟ ਲਿਸਟ ਐਂਟਰੀ 33 ਚ ਕੀਤਾ ਇਹਨਾਂ ਨੇ ਵੀ 33 ਐਮੈਂਡਮੈਂਟ ਕਰਤੀ ਔਰ ਉਹ ਲੀਗਲ ਪਾਵਰ ਹੈਗੀ ਆ ਕੋਈ ਕੋਰਟ ਨਹੀਂ ਕਹਿ ਸਕਦੀ ਕਿ ਪੰਜਾਬ ਨੇ ਕਿਵੇਂ ਕੀਤਾ ਹੈਗਾ ਕਿਉਂਕਿ ਉਹ ਲੀਗਲੀ ਅਲਾਉਡ ਆ ਉਹ ਲਿਸਟ ਦੋਵਾਂ ਦੀ ਇਕੁਅਲ ਪਾਵਰ ਵਾਲੀ ਹੈਗੀ ਆ ਠੀਕ ਆ ਉਹਦੇ ਚ ਸਿਰਫ ਇੰਨੀ ਸ਼ਰਤ ਆ ਕਿ ਜੋ ਕੁਝ ਕੋਈ ਕਰੇਗਾ ਚਾਹੇ ਕੇਂਦਰ ਕਰੇ ਚਾਹੇ ਸੂਬਾ ਕਰੇ ਉਹ ਰਾਸ਼ਟਰਪਤੀ ਜੀ ਕੋਲ ਜਾਂਦਾ ਹੈਗਾ ਉਹਨਾਂ ਦੀ ਅਪਰੂਵਲ ਲਈ ਕਿਉਂਕਿ ਆਖਿਰਕਾਰ ਤਾਂ ਮੁਲਕ ਸਾਰਾ ਰਾਸ਼ਟਰਪਤੀ ਦੇ ਨਾਤੇ ਚੱਲਦਾ ਹੈਗਾ ਤੇ ਉਹ ਰਾਸ਼ਟਰਪਤੀ ਜੀ ਨੂੰ ਜਾਊਗਾ ਇਹਦਾ ਮਤਲਬ ਇਹ ਨਹੀਂ ਹੈਗਾ ਉਹ ਕਿ ਸੂਬੇ ਨੂੰ ਪਾਵਰ ਨਹੀਂ ਹੈਗੀ ਤੇ ਇਸ ਕਰਕੇ ਜੋ ਕੁਝ ਕੀਤਾ ਉਹਨਾਂ ਨੇ ਕਿਉਂਕਿ ਕਨਕਨੈਂਟ ਚ ਕੀਤਾ ਹੈ ਐਂਟਰੀ 33 ਚ ਪੰਜਾਬ ਸਰਕਾਰ ਨੇ ਵੀ ਉਹਦੇ ਚ ਐਮੈਂਡਮੈਂਟ ਕਰਤੀ ਜੋ ਅਲਾਊਡ ਹੈਗੇ ਤੇ ਉਹਦੇ ਚ ਤਾਂ ਕੋਈ ਝਗੜਾ ਨਹੀਂ ਹੈਗਾ ਉਦੇ ਵਿੱਚ ਕੋਈ ਝਗੜਾ ਨਹੀਂ ਹੈਗਾ ਇਹ ਕੇਂਦਰ ਸਰਕਾਰ ਜ਼ਿਆਤੀ ਤਾਂ ਕਰ ਹੀ ਰਹੀ ਹੈ ਮੈਂ ਵੀ ਉਹੀ ਕਹਿ ਰਿਹਾ ਕਿ ਉਹ ਤਾਂ ਜ਼ਿਆਤੀ ਕਰ ਰਹੇ ਆ ਹੁਣ ਪਾਵਰ ਹੈਗੀ ਉਹਦੇ ਜ਼ਿਆਤੀ ਕਰ ਰਹੇ ਆ ਅਸੀਂ ਉਹਦਾ ਵਿਰੋਧ ਕਰਦੇ ਆ